ਦੇ ਆਗੂ ਨਿਆਣਿਆਂ ਵਾਲੀਆਂ ਹਰਕਤਾਂ ਕਰ ਰਹੇ ਨੇ, ਉਹ ਸ਼ਾਂਤੀ ਦਾ ਪ੍ਰਤੀਕ ਦੇ ਰਹੇ ਨੇ, ਇਹ ਕਹਿੰਦੇ ਉਹ ਲੜਨ ਨੂੰ ਫਿਰਦੇ ਨੇ। ਸਾਡੀਆਂ ਹਰਕਤਾਂ ਵੀ ਤਾਂ ਉਹੋ ਹੀ ਨੇ। ਇੱਥੇ ਮੀਡੀਆ ਰੋਜ਼ ਅੱਗ ਵਧਾ ਰਿਹਾ ਸੀ ਵੀ ਉਹ ਤਾਂ ਲੜਨ ਨੂੰ ਫਿਰਦੇ ਆ ਜੀ, ਇੱਥੇ ਆਹ ਹੋ ਗਿਆ ਜੀ, 300 ਬੰਦਾ ਮਾਰਤਾ। ਉਹ ਕਹਿੰਦੇ ਰੁੱਖ ਰੱਖ ਟੁੱਟੇ ਹੋਣਗੇ, ਠੀਕ ਹੈ ਤੁਸੀਂ ਆਣ ਕੇ ਵੇਖ ਲਓ ਵੀ ਬੰਦਾ ਤਾਂ ਸਾਡਾ ਕੋਈ ਮਰਿਆ ਨਹੀਂ। ਫਿਰ ਕਿੱਡੀ ਵੱਡੀ ਉਹਨਾਂ ਨੇ ਕਮਾਲ ਦੀ ਗੱਲ ਕਰ ਦਿੱਤੀ ਵੀ ਤੁਹਾਡਾ ਪਾਇਲਟ ਉੱਧਰ ਚਲਾ ਗਿਆ ਹੋਵੇ, ਜਿਹੜਾ ਉਹਨਾਂ ਨੇ ਉੱਧਰ ਦੇ ਆਰਮੀ ਨੇ ਜਿਹੜਾ ਆਪਣੇ ਪੇਜ 'ਤੇ ਲਿਖ ਕੇ ਪਾਇਆ ਉਹਦੇ ਬੇਟੇ ਨੂੰ ਸੰਬੋਧਨ ਕਰਕੇ। ਮੈਂ ਕਹਿੰਦਾ ਰੌਂਗਟੇ ਖੜ੍ਹੇ ਕਰਨ ਵਾਲੇ ਉਹ ਬੋਲ ਨੇ, ਰੌਂਗਟੇ ਖੜ੍ਹੇ ਕਰਨ ਵਾਲੇ ਵੀ ਬੇਟਾ ਅਸੀਂ ਤੇਰੀ ਮੁਸਕਾਨ ਨਹੀਂ ਖੋਣਾ ਚਾਹੁੰਦੇ ਤੇਰੇ ਕੋਲੋਂ, ਭਾਵੇਂ ਤੇਰਾ ਬਾਪ ਤੇਰੇ ਵਰਗੇ ਕਈ ਦਿਨਾਂ ਦੇ ਮੁਸਕਾਨ ਖੋਣ ਆਇਆ ਸੀ ਤੇਰਾ ਬਾਪ, ਪਰ ਅਸੀਂ ਤੇਰੀ ਮੁਸਕਾਨ ਨਹੀਂ ਖੋਵਾਂਗੇ। ਪਰ ਇੱਕ ਰਿਕੁਐਸਟ ਹੈ, ਜਦੋਂ ਤੂੰ ਵੱਡਾ ਹੋਇਆ ਆਪਣੇ ਪਿਤਾ ਨੂੰ ਇਹ ਪੁੱਛੀ ਜ਼ਰੂਰ ਕਿ ਜਿੱਦਾਂ ਤੂੰ ਹੱਸਣਾ ਸਦਾ ਹਾਸਾ ਤੇਰੇ ਚਿਹਰੇ 'ਤੇ, ਤੂੰ ਚਾਹੁੰਦਾ ਮੇਰੇ ਚਿਹਰੇ 'ਤੇ ਇੱਦਾਂ ਹਾਸਾ ਰਹੇ, ਕਸ਼ਮੀਰ ਦੇ ਬੱਚੇ ਵੀ ਇੱਦਾਂ ਹੱਸਣਾ ਚਾਹੁੰਦੇ। ਸੱਚ ਹੈ, ਇੱਥੋਂ ਦੇ ਮੀਡੀਆ ਨੂੰ ਇਹ ਗੱਲ ਬਰਦਾਸ਼ਤ ਨਹੀਂ ਵੀ ਕਸ਼ਮੀਰ ਬੱਚਾ ਬੱਚਾ ਕਹਿ ਰਿਹਾ ਕਿ ਅਸੀਂ ਸਿੱਖਾਂ ਦੇ, ਉੱਥੋਂ ਦੀਆਂ ਸਟੇਟਮੈਂਟਾਂ ਨੇ ਵੀ ਸਿੱਖ ਹੋਣਗੇ ਅਸੀਂ ਇਕੱਲੇ ਇਕੱਲੇ ਕਸ਼ਮੀਰ ਦੇ ਲੋਕ ਆਪਣੇ ਘਰ ਦੇ ਦਰਵਾਜ਼ਿਆਂ ਲਈ ਖੋਲ੍ਹ ਦੇਵਾਂਗੇ। ਇਹ ਜੈਸੀ ਹੋ ਰਹੀ ਹੈ, ਸਾਰਿਆਂ ਨੂੰ ਤਕਲੀਫ ਹੋ ਰਹੀ ਹੈ। ਸੱਚ ਹੈ, ਗੁੱਸਾ ਨਾ ਮਨਾ ਹਕੀਕਤ ਹੈ। ਅਗਰ ਨੇ ਪੂਰਾ ਪਿਆਰ ਦਾ ਸਬੂਤ ਦੇ ਦਿੱਤਾ, ਪੂਰਾ ਪਿਆਰ ਦਾ ਸਬੂਤ ਦੇ ਦਿੱਤਾ। ਅਸੀਂ ਪਾਕਿਸਤਾਨ ਗਏ ਸੀ, ਮੈਨੂੰ ਯਾਦ ਹੈ ਅਸੀਂ ਜਦੋਂ ਯਾਤਰਾ ਵਾਸਤੇ ਨਾਲ ਗੁਰਮਤਿ ਸਮਾਗਮ ਵੀ ਕੀਤੇ ਸੀ ਸਿੱਖੀ ਲਹਿਰ ਵੱਲੋਂ, ਅਤੇ ਉੱਥੇ ਜਿਹੜੇ ਉੱਥੋਂ ਦੀ ਪੁਲਿਸ ਸੀ ਨਾ ਲੋਕਲ, ਜਦੋਂ ਅਸੀਂ ਬਾਜ਼ਾਰ ਜਾਂਦੇ ਸਾਡੇ ਨਾਲ ਜਾਂਦੇ ਸੀ, ਉਹ ਨਾਲ ਨਾਲ ਜਿੰਨਾ ਵੀ ਜਥਾ ਗਿਆ ਸੀ ਨਾਲ ਨਾਲ ਰਹਿੰਦੇ ਨੇ, ਅਤੇ ਅਸੀਂ ਕੁਐਸਚਨ ਕੀਤਾ ਉਹਨਾਂ ਨੂੰ, ਸਵਾਲ ਪੁੱਛਿਆ ਵੀ ਇੱਥੇ ਸਾਡੀ ਜਾਨ ਨੂੰ ਖਤਰਾ ਹੈ, ਤੁਸੀਂ ਸਾਡੇ ਨਾਲ ਨਾਲ ਲਾਹੌਰ ਤੁਰੇ ਫਿਰਦੇ ਹੋ, ਜਦੋਂ ਅਸੀਂ ਗੁਰਦੁਆਰੇ ਦੇ ਬਾਹਰ ਕਿਤੇ ਬਾਜ਼ਾਰ ਜਾਣਾ ਸਾਡੇ ਨਾਲ ਜਾਣਾ, ਅਤੇ ਸਾਨੂੰ ਜਵਾਬ ਬੜਾ ਪਿਆਰਾ ਦਿੱਤਾ ਸੀ, ਕਹਿੰਦੇ ਵਾਸਤਵ 'ਚ ਤੁਹਾਨੂੰ ਇੱਥੇ ਕੋਈ ਖਤਰਾ ਨਹੀਂ ਹੈ। ਉੱਥੋਂ ਦੀ ਪੁਲਿਸ ਦੇ ਬਿਆਨ ਸਨ, ਤੁਹਾਨੂੰ ਇੱਥੇ ਕੋਈ ਖਤਰਾ ਨਹੀਂ ਹੈ। ਪਰ ਪਾਕਿਸਤਾਨ ਬਦਨਾਮ ਹੀ ਇੰਨਾ ਹੋ ਚੁੱਕਾ ਹੈ, ਅਸੀਂ ਕਲੰਕ ਨਹੀਂ ਆਪਣੇ ਮੱਥੇ 'ਤੇ ਲਵਾਉਣਾ ਚਾਹੁੰਦੇ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਜ਼ਾਲਮ ਨਹੀਂ ਹਾਂ, ਅਸੀਂ ਰਾਕਸ਼ਸ ਨਹੀਂ ਹਾਂ, ਸਾਡੇ ਵਿੱਚ ਵੀ ਤੁਹਾਡੇ ਵਰਗੇ ਦਿਲ ਹੈਗੇ ਨੇ, ਅਸੀਂ ਵੀ ਪਿਆਰ ਕਰਦੇ ਹਾਂ। ਉੱਥੋਂ ਦੇ ਪੱਤਰਕਾਰਾਂ ਨੇ ਹੱਥਾਂ 'ਚ ਬੈਨਰ ਫੜ ਕੇ ਕਿਹਾ ਇਹ ਬਾਪ ਆਪਣੇ ਬੱਚੇ ਕੋਲ ਜਾਣਾ ਚਾਹੀਦਾ ਹੈ। ਅਤੇ ਇੱਥੇ ਸਾਡੇ ਲੀਡਰ ਬਿਆਨ ਦੇ ਰਹੇ ਸਨ, ਸੁਖਬੀਰ ਬਾਦਲ ਵਰਗੇ, ਡਰ ਗਿਆ ਹੈ ਮੋਦੀ ਤੋਂ, ਉਹ ਡਰ ਗਿਆ। ਵਾਹ ਬਈ ਵਾਹ, ਇਹ ਕੀ ਹੈ ਜੀ, ਬੋਲੋ ਹੁਣ, ਡਰ ਗਿਆ। ਇਹ ਤਾਂ ਉਹ ਗੱਲ ਹੋ ਗਈ ਵੀ ਕਿਸੇ ਦੇ ਘਰ ਸੱਪ ਆਣ ਵੜਿਆ ਤਾਂ ਸਾਰਾ ਟੱਬਰ ਮੰਜੀਆਂ 'ਤੇ ਜਾ ਚੜਿਆ, ਤਾਂ ਸੱਪ ਇਹਦਾ ਦਰਵਾਜ਼ਾ ਮਾੜਾ ਜਿਹਾ ਖੁੱਲ੍ਹਾ ਸੀ, ਉਹਦੀ ਝੀਤ ਥਾਣੀ ਸੱਪ ਬਾਹਰ ਨਿਕਲ ਗਿਆ, ਅਤੇ ਬਾਹਰ ਇੱਕ ਜ਼ਿਮੀਂਦਾਰਾਂ ਦਾ ਬੱਚਾ ਹਲ ਵਾਹੁਣ ਜਾ ਰਿਹਾ ਸੀ, ਉਹਨੇ ਸੱਪ ਵੇਖਿਆ ਅਤੇ ਜਿਹੜੀ ਪ੍ਰਾਣੀ ਨਾਲ ਬਲਦ ਕੁੱਟਦਾ ਸੀ ਉਸੀ ਪ੍ਰਾਣੀ ਨਾਲ 4-5 ਸਰੀਰ 'ਚ ਮਾਰੀਆਂ ਸੱਪ ਮਾਰਤਾ, ਅਤੇ ਜਿਹੜਾ ਟੱਬਰ ਅੰਦਰੋਂ ਮੰਜਿਆਂ 'ਤੇ ਚੜ੍ਹ ਗਿਆ ਸੀ ਨਾ, ਉਹਨਾਂ ਵੇਖਿਆ ਵੀ ਸੱਪ ਮਰ ਗਿਆ, ਮੁੜ ਕੇ ਡੰਡੇ ਦੇ ਸਾਰੇ ਪਿੰਡ 'ਚ ਉਡਾ ਕੇ ਤੁਰੇ ਫਿਰਨ ਵੀ ਸੱਪ ਆਪਾਂ ਮਾਰਿਆ। ਅਤੇ ਉਹ ਜ਼ਿਮੀਂਦਾਰਾਂ ਦਾ ਲੜਕੇ ਨੇ ਉਹਨਾਂ 'ਚ ਇੱਕ ਕਿੱਲਾ ਪੈਲੀ ਵਾਹ 'ਤੀ ਸੀ, ਉਹ ਵੀ ਆਉਂਦਾ ਚਲੋ ਇੰਟਰਟੇਨਮੈਂਟ ਹੀ ਹੈ, ਮੰਨ ਲਓ ਵੀ ਸੱਪ ਇਹਨੇ ਮਾਰਿਆ। ਸੱਚ ਹੈ, ਅਗਲੇ ਕਹਿੰਦੇ ਵੀ ਅਸੀਂ ਸ਼ਾਂਤੀ ਦਾ ਪੈਗਾਮ ਦੇਣਾ ਚਾਹੁੰਦੇ ਹਾਂ, ਅਸੀਂ ਸੁਨੇਹਾ ਦੇਣਾ ਚਾਹੁੰਦੇ ਵੀ ਅਸੀਂ ਲੜਾਈ ਦੇ ਹੱਕ 'ਚ ਬਿਲਕੁਲ ਨਹੀਂ, ਵੀ ਅਸੀਂ ਇਹ ਬੰਦੇ ਨੂੰ ਵਾਪਸ ਭੇਜ ਕੇ, ਅਭਿਨੰਦਨ ਨੂੰ ਵਾਪਸ ਭੇਜ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ, ਅਸੀਂ ਲੜਾਈ ਦੇ ਹੱਕ ਵਿੱਚ ਨਹੀਂ। ਹੁਣ ਕੱਲ੍ਹ ਦਾ ਮੀਡੀਆ ਚੁੱਪ ਬੈਠਾ, ਇਹਨਾਂ ਕੋਲ ਹੈ ਹੀ ਕੱਖ ਨਹੀਂ। ਹੁਣ ਸਬਜ਼ੀਆਂ ਦੇ ਭਾਅ ਹੀ ਸੁਣਾ ਦਿਓ ਲੋਕਾਂ ਨੂੰ, ਮੰਡੀਆਂ ਦੇ ਭਾਅ ਸੁਣਾ ਦਿਓ, ਹੋਰ ਤਾਂ ਤੁਹਾਨੂੰ ਕੰਮ ਹੈ ਕੋਈ ਨਹੀਂ। ਮਾਫ਼ ਕਰਨਾ, ਮੈਂ ਇੱਕ ਦਿਨ ਪਹਿਲਾਂ ਵੀ ਦੁਕਾਨ ਚੱਲਦੇ ਸੀ ਲੰਡਿਆ, ਉੱਥੇ ਕਿਹਾ ਸੀ ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ। ਖੱਤਰੀ ਦਾ ਕੰਮ ਹੁੰਦਾ ਸੀ ਜੰਗ ਲੜਨੀ, ਹਰ ਪ੍ਰਚਾਰਕ, ਰਾਗੀ, ਪ੍ਰਬੰਧਕ ਕਮੇਟੀ, ਪ੍ਰੈਸ ਰਿਪੋਰਟਰ, ਅਖਬਾਰ, ਮੀਡੀਆ, ਟੀ ਵੀ ਚੈਨਲ, ਇਹਨਾਂ ਦਾ ਕੰਮ ਸੀ ਸਮਾਜ ਵਿੱਚ ਆਈਆਂ ਬੁਰਾਈਆਂ ਦੇ ਵਰਖਿਲਾਫ ਲੜਨਾ, ਨਾ ਕਿ ਲੋਕ ਘਰਾਂ ਚੰਗੇ ਭਲੇ ਸੁੱਤੇ ਨੇ, ਤੁਸੀਂ ਇਹੋ ਜਿਹੀਆਂ ਬਿਆਨਬਾਜ਼ੀਆਂ ਕਰੋ ਵੀ ਲੋਕਾਂ ਦੇ ਘਰਾਂ 'ਚ ਅੱਗ ਬਣਨ ਲੱਗ ਪਵੇ। ਇਹ ਜੌਬ ਨਹੀਂ ਹੈ ਤੁਹਾਡੀ, ਇਹ ਕੰਮ ਤੁਹਾਡਾ ਨਹੀਂ ਸੀ, ਤੁਹਾਡਾ ਕੰਮ ਸੀ ਗੱਲ ਬਹੁਤ ਵੱਡੀ ਹੋਈ ਹੋਵੇ ਤੁਹਾਨੂੰ ਘਟਾ ਕੇ ਪਬਲਿਕ 'ਚ ਇੱਦਾਂ ਪੇਸ਼ ਕਰੋ ਵੀ ਲੋਕ ਡਰਨ ਨਾ। ਕੀ ਹੋ ਗਿਆ, ਸਾਡਾ ਸੌਦੇਬਾਜ਼ੀਆਂ ਹੋ ਗਈਆਂ, ਇਹ ਹਾਲਾਤ ਬਣ ਗਏ ਸਾਡੇ ਸਮਾਜ ਦੇ। ਹੁਣ ਕਿਹੜੇ ਬਹਾਨਾ ਕੀ ਬਹਾਨਾ ਵਰਤਣਗੇ ਜੀ, ਵੇਖੋ ਨਾਲ ਹੀ ਬਿਆਨ ਬਦਲ ਗਏ।
ਅਤੇ ਜਿਹਨਾਂ ਨੂੰ ਪੁੱਛਦਾ ਕੋਈ ਨਹੀਂ, ਜਿਹਨਾਂ ਦੇ ਹਾਲਾਤ ਇਹ ਬਣੇ ਪਏ ਨੇ, ਉਹ ਕਹਿੰਦੇ ਜੀ ਮੋਦੀ ਤੋਂ ਡਰ ਗਿਆ, ਮੋਦੀ ਤੋਂ ਡਰ ਗਿਆ, ਉਹ ਪ੍ਰੈਸ਼ਰ ਕਬੂਲ ਗਿਆ ਵੀ ਇਸ ਕਰਕੇ ਉਹਨਾਂ ਨੇ ਬੰਦਾ ਵਾਪਸ ਕਰ ਦਿੱਤਾ। ਵਾਹ ਬਈ ਵਾਹ, ਇਹ ਬਿਆਨਬਾਜ਼ੀਆਂ, ਵੈਸੇ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਬਿਆਨ ਦੇਣ ਲੱਗੇ, ਸ਼ਰਮ ਆਉਣੀ ਚਾਹੀਦੀ ਹੈ। ਕਿੱਡੇ ਸੁਲਝੇ ਹੋਏ ਉਹਨਾਂ ਨੇ ਬਿਆਨ, ਸਾਫ਼ ਸੁਥਰੇ ਸ਼ਬਦਾਂ ਵਿੱਚ ਬੋਲੇ ਹਨ, ਅਤੇ ਸੱਚ ਹੈ। ਮੇਰੇ ਖਿਆਲ 'ਚ ਜਿਹਦੇ ਅੰਦਰ ਮਾੜੀ ਮੋਟ ਵੀ ਸਿੱਖੀ ਪ੍ਰਤੀ ਵਿਚਾਰ ਸੀ ਨਾ, ਉਹਨੇ ਧੰਨਵਾਦ ਕੀਤਾ ਇਸ ਗੱਲ ਦਾ ਵੀ ਨਹੀਂ ਵਧੀਆ ਗੱਲ ਸੀ। ਮੈਂ ਨਹੀਂ ਕਹਿੰਦਾ ਵੀ ਸਾਰੇ, ਬਹੁਤ ਹੋਰ ਪਰਿਵਾਰਾਂ ਨੇ ਵੀ ਧੰਨਵਾਦ ਕੀਤਾ ਹੋਏਗਾ, ਬੜੇ ਹਿੰਦੂ ਪਰਿਵਾਰਾਂ ਨੇ ਵੀ ਚੰਗਾ ਮੰਨਿਆ ਹੋਏਗਾ ਵੀ ਠੀਕ ਕੀਤਾ, ਮਾੜਾ ਨਹੀਂ ਕੀਤਾ, ਉਹਦਾ ਚਿਰਾਗ ਜਗਦਾ ਰਹਿਣ ਦਿੱਤਾ। ਪਰ ਕਈਆਂ ਨੂੰ ਸਵਾਦ ਹੁੰਦਾ ਇਹਨਾਂ ਕੰਮਾਂ 'ਚੋਂ, ਦੰਗੇ ਕਰਾ ਕੇ ਕਈਆਂ ਨੂੰ ਵੋਟਾਂ ਮਿਲਦੀਆਂ ਨੇ, ਦੰਗੇ ਕਰਾ ਕੇ ਕਈਆਂ ਨੂੰ, ਮਾਫ਼ ਕਰਨਾ, ਕਈਆਂ ਨੂੰ ਮਸਲਿਆਂ ਦੇ ਵਿੱਚੋਂ ਵੀ ਕਈਆਂ ਦੇ ਘਰ ਰੋਟੀ ਪੱਕਦੀ ਹੈ। ਵੀ ਜੇ ਲੋਕ ਆਪਣੇ ਘਰਾਂ 'ਚ ਚੈਨ